ਇੱਥੇ ਘਰ ਜੀ ਆਇਆ ਗਿਆ ਤੇ ਚਾਚੂ ਜਹਾਜ਼ ਹੋਰ ਵੀ ਆਏ ਖੋਤੇ ਸੀਗੇ ਅੱਬੂ ਜਾਨ ਕੋ ਮਸ਼ਵਰਾ ਦੇ ਰਹੇ ਸੀਗੇ ਕਿ ਤੇ ਪੈਟਰੋਲ ਹੋ ਗਿਆ ਹੈਗਾ ਪੈਟਰੋਲ ਪੰਪਾਂ ਤੇ 250 ਹੈ ਪਿੰਡਾਂ 'ਚ 260 ਹੀ ਦਿੰਦੇ ਕੋਈ 70 ਹੀ ਦੇ ਦਿੰਦਾ 300 ਹੀ ਦਿੰਦੇ ਰਾ ਕੇ ਤੇ ਇੱਥੇ ਦੁਕਾਨ ਤੇ ਜੀ ਆ ਗਿਆ ਜਲਦੀ ਜਲਦੀ ਖੋਲਣੇ ਗਵਾਨੀਆਂ ਨੇ ਹਾਲੇ ਤੱਕ ਉਹਨੇ ਖੋਲੀ ਹੈਗੀ ਦੂਜੀ ਤਾਂ ਸਬਜ਼ੀ ਵਾਲੀਆਂ ਤੇ ਅੱਜ ਹੀ ਫਿਰ ਅਸੀਂ ਲੇਟ ਹੋ ਗਿਆ ਮਾਮਾ ਬਣਿਆ ਦੋਨੇ ਕਿਉਂਕਿ ਅੱਜ ਮੈਂ ਵੀ ਸੌਂਦਾ ਰਿਹਾ ਆ ਗਿਆ ਅੱਜ ਮੈਂ ਵੀ ਨਹੀਂ ਉੱਠਿਆ ਅੱਗੇ ਤਾਂ ਮਾਮੂ ਜਾਨ ਜਿਹੜੇ ਨੇ ਇਹਨਾਂ ਲੇਟ ਹੋ ਜਾਂਦੇ ਸੀ ਅੱਜ ਮੈਨੂੰ ਹੀ ਲੇਟ ਹੋ ਗਈ ਹੈਗੀ 8 ਵਜੇ ਨਾਲੇ ਨੇਗੇ ਤਾਂ ਹੁਣ ਫਿਰ ਜਲਦੀ ਜਲਦੀ ਚੱਲਣੇ ਦੁਕਾਨ ਤੇ ਅੱਬੂ ਜਾਨ ਨੇ ਸਾਨੂੰ ਆਵਾਜ਼ ਮਾਰ ਮਾਰ ਕੇ ਉਠਾਇਆ ਹੈਗਾ ਕਹਿੰਦੇ ਉਠੋ ਜਲਦੀ ਤੇ ਅੱਜ ਹੀ ਫਿਰ ਅਸੀਂ ਦੁਕਾਨ ਤੋਂ ਲੇਟ ਹੋ ਗਏ ਆਂਗੇ ਤਕਰੀਬਨ 8 ਵਜੇ ਨਾਲੇ ਨੇਗੇ ਚਾਲੀ ਤੱਕ ਅਸੀਂ ਗਾਰ ਹੀ ਫਿਰਦੇ ਅੱਜ ਮੈਂ ਵੀ ਲੇਟ ਉੱਠਿਆਂਗੇ ਅੱਗੇ ਮੈਂ ਵੀ ਟਾਈਮ ਨਾਲ ਉੱਠੀ ਜਾਂਦਾ ਸੀ ਲੇਕਿਨ ਅੱਜ ਮੈਂ ਵੀ ਲੇਟ ਉੱਠਿਆਂਗਾ ਮਾਮੂ ਜਾਨ ਦੀ ਤਰ੍ਹਾਂ ਅੱਬੂ ਜਾਨ ਨੇ ਫਿਰ ਆਵਾਜ਼ਾਂ ਮਾਰ ਮਾਰ ਕੇ ਉਠਾਇਆ ਹੈਗਾ ਤੇ ਉਧਰੋਂ ਬਾਹਰ ਵਿਊ ਦੇਖੋ ਕਿੰਨਾ ਪਿਆਰਾ ਤੇ ਅੱਜ ਅਸੀਂ ਘਰੋਂ ਨਾਸ਼ਤਾ ਹੀ ਕੋਈ ਨਹੀਂ ਕਰਕੇ ਜਾਵਣ ਲੱਗੇ ਆਂਗੇ ਉੱਥੇ ਜਾ ਕੇ ਕਰਾਂਗੇ ਕਿਉਂਕਿ ਆਇਸ਼ਾ ਨੇ ਅੱਗ ਹੋਣ ਵਾਲੀ ਹੈ ਆਇਸ਼ਾ ਅੱਜ ਲੇਟ ਉੱਠੀ ਹੈਗੀ ਤੇ ਬਾਕੀ ਹੁਣ ਜੈਕਟ ਵਗੈਰਾ ਮੈਂ ਆਪਣੀ ਚੱਕ ਲਵਾਂ ਯਾਦ ਨਾ ਹੋਣਾ ਹੋਵੇ ਬਾਅਦ ਮੈਨੂੰ ਭੱਜਿਆ ਫਿਰ ਤੇ ਮੋਬਾਈਲ ਫੋਨ ਦਾ ਚਾਰਜਰ ਵੀ ਚੱਕਣਾ ਹੈਗਾ ਸਰਦੀ ਤਾਂ ਹੋਣੀ ਜੈਕਟ ਦੀ ਵੀ ਜ਼ਰੂਰਤ ਹੈਗੀ ਤੇ ਉੱਧਰ ਪਿਆਉਣਾ ਚਾਰਜਰ ਮਾਮੂ ਜਾਨ ਨੂੰ ਚਾਰਜਰ ਦੀ ਜ਼ਰੂਰਤ ਪੈਣੀ ਆ ਕਿਉਂਕਿ ਉਹਨਾਂ ਨੇ ਫੋਨ ਚਾਰਜ ਕਰਨਾ ਤੇ ਅੱਬੂ ਜਾਨ ਜਿਹੜੇ ਨੇਗੇ ਸੋ ਰਹੇ ਨੇ ਇਹ ਪਿਆ ਮੇਰਾ ਚਾਰਜਰ ਲੱਭ ਗਿਆ ਮੈਨੂੰ ਲੱਗਦਾ ਆਪਣਾ ਚਾਰਜਰ ਚੱਕ ਕੇ ਲੈ ਜਾਣ ਮੇਰਾ ਹੀ ਚੱਕ ਲੈਂਦੇ ਯਾਰ ਚਲੋ ਮਾਮੂ ਜਾਨ ਅੱਜ ਤਾਂ ਧੁੱਪ ਬੜੀ ਕੜਕਣੀ ਕੜਕਣੀ ਜਿਹੀ ਨਿਕਲੀ ਹੋਈ ਦਿਲ ਕਰਦਾ ਖੋਤਾ ਰਵਾਂ ਸੁਬਹਾ ਸੁਬਹਾ ਮੈਂ ਸੇਕੀ ਮੈਂ ਚਲਾ ਮੋਟਰਸਾਈਕਲ ਦਾ ਅਚਾਨਕ ਪੈਟਰੋਲ ਹੀ ਖਤਮ ਹੋ ਗਿਆ ਸੰਧਿਆ ਤੇ ਚਾਹੁੰਦੇ ਲਓ ਜੀ ਚੱਲ ਤੇ ਪੈਟਰੋਲ ਹੋ ਗਿਆ ਹੈਗਾ ਪੈਟਰੋਲ ਪੰਪਾਂ ਤੇ 250 ਹੈ ਪਿੰਡਾਂ 'ਚ 260 ਹੀ ਦਿੰਦੇ ਕੋਈ 70 ਹੀ ਦੇ ਦਿੰਦਾ 300 ਹੀ ਦਿੰਦੇ ਰਾ ਕੇ ਤੁਸੀਂ ਕਿਸੇ ਨੂੰ ਦਿੰਦੇ ਨਹੀਂ ਹੋ 130 ਦੇ ਤੇ ਇੱਥੇ ਦੁਕਾਨ ਤੇ ਜੀ ਆ ਗਿਆ ਜਲਦੀ ਜਲਦੀ ਖੋਲਣੇ ਗਵਾਨੀਆਂ ਨੇ ਹਾਲੇ ਤੱਕ ਉਹਨੇ ਖੋਲੀ ਹੈਗੀ ਦੂਜੀ ਤਾਂ ਸਬਜ਼ੀ ਵਾਲੀਆਂ ਹਾਲੇ ਤੱਕ ਖੁੱਲੀਆਂ ਹੀ ਕੋਈ ਨਹੀਂ ਹੈਗੀਆਂ ਤੇ ਦੁਕਾਨ ਜੀ ਖੋਲ੍ਹ ਕੇ ਸਾਰੀ ਜਿਹੜੀ ਹੈਗੀ ਜਿੱਥੇ ਜਿੱਥੇ ਜੀ ਚੀਜ਼ਾਂ ਟੰਗਣੀਆਂ ਸੀ ਟੰਗਤੀਆਂ ਨੇਗੀਆਂ ਹੁਣ ਬਾਕੀ ਸਮਾਨ ਦੀ ਥੋੜ੍ਹੀ ਸੈਟਿੰਗ ਕਰਾਉਣ ਰਹਿੰਦੀ ਜਿਵੇਂ ਪਲਕਾਂ ਵਗੈਰਾ ਪਈਆਂ ਨੇਗੀਆਂ ਇਸ ਸਾਈਡ 'ਤੇ ਥੋੜ੍ਹੀਆਂ ਮੁਰਝਾਈਆਂ ਪਈਆਂ ਦੂਸਰੀ ਸਾਈਡ ਇਹਨਾਂ ਦੀ ਕਰ ਦਿੰਦਾ ਹੈਗਾ ਇਸ ਤਰ੍ਹਾਂ ਆਹ ਵੇਖੋ ਫਰੈਸ਼ ਲੱਗ ਰਹੀਆਂ ਨੇ ਅੱਜ ਇਹ ਸਾਰੀਆਂ ਪਾਲਕਾਂ ਵਗੈਰਾ ਜਿਹੜੀਆਂ ਇਹਨਾਂ ਵੇਚਣੀਆਂ ਨੇ ਇਨਸ਼ਾ ਅੱਲਾ ਕਿਉਂਕਿ ਅੱਬੂ ਜਾਨ ਕਹਿ ਰਹੇ ਨੇ ਅਸੀਂ 10,000 ਰੁਪਇਆ ਸੇਲ ਕਰਨੀ ਲਾਜ਼ਮੀ ਉਹ 10,000 ਸੇਲ ਕਰਨ ਵਾਸਤੇ ਸਾਰੀਆਂ ਚੀਜ਼ਾਂ ਨੇਗੀਆਂ ਆਹ ਵੀ ਖੋਲ੍ਹ ਕੇ ਲਾਉਣੀਆਂ ਪੈਣੀਆਂ ਸਭ ਲੋਕ ਦੁਕਾਨ ਭਰੀ ਭਰੀ ਲੱਗਣੀ ਚਾਹੀਦੀ ਤਾਜ਼ਾ ਫਰੈਸ਼ ਸਾਰਾ ਮਾਲ ਲੱਗਣਾ ਚਾਹੀਦਾ ਵੈਸੇ ਇੱਦਾਂ ਇੱਕ ਤਰ੍ਹਾਂ ਫਰੈਸ਼ ਹੀ ਹੈਗਾ ਸਰਦੀਆਂ ਨੇਗੀਆਂ ਖਰਾਬ ਤਾਂ ਨਹੀਂ ਹੁੰਦੀ ਕਾਹੀ ਚੀਜ਼ ਗਾਜਰਾਂ ਵੀ ਇੱਥੇ ਹੋਰ ਲਾਵਾਂਗਾ ਗਾਜਰਾਂ ਵੀ ਕੱਲ੍ਹ ਬਹੁਤ ਪਿਆਰੀਆਂ ਆਈਆਂ ਸੀਗੀਆਂ ਬੜੀਆਂ ਵਿਕੀਆਂ ਨੇਗੀਆਂ ਮਾਮੂ ਜਾਨ ਜਿਹੜੇ ਝਾੜੂ ਮਾਰਦੇ ਫਿਰਦੇ ਨੇ ਤੇ ਮੈਂ ਹੁਣ ਫਿਰ ਕੰਡਾ ਵੱਟਾ ਬਾਹਰ ਕੱਢ ਲੈਂਦਾ ਹੈਗਾ ਫਿਰ ਕੰਡਾ ਹੀ ਲੈਣ ਨਾ ਬਾਹਰ ਦੀ ਜਗ੍ਹਾ ਤੇ ਅੱਜ ਇੱਥੇ ਆਲੂ ਵੀ ਅੱਗੋਂ ਲਾਉਣੇ ਨੇਗੇ ਮੈਂ ਸੋਚ ਰਿਹਾ ਆਲੂ ਹੀ ਪਹਿਲੇ ਲਾ ਲਾਂਗੇ ਕਿਉਂਕਿ ਨਾ ਜਿਹੜੇ ਕੱਲ੍ਹ ਆਲੂ ਲੈਣੇ ਮੋਟੇ ਇਹਦੇ ਥੱਲੇ ਪੈ ਨੇਗੇ ਆਹੋ ਜੇ ਮੋਟੇ ਮੋਟੇ ਆਲੂ ਐਂ ਤਾਂ ਉੱਤੇ ਬਰੀਕ ਪਲਟੇ ਹੋਣ ਇਹਦੇ ਥੱਲੇ ਪੈਣ ਚੰਗੇ ਮੋਟੇ ਆਲੂ ਆਹ ਵੇਖੋ ਆਹ ਥੱਲੇ ਪੈ ਇਹ ਕੱਢ ਕੇ ਅਤੇ ਉੱਥੇ ਛਾਬੇ ਦੇ ਅੱਗੋਂ ਅੱਗੋਂ ਲਾਉਣਾ ਆਵੇ ਕਿਉਂਕਿ ਪਿੱਛੇ ਬਰੀਕ ਆਲੂ ਪੈ ਨੇਗੇ ਅਤੇ ਪਿਆਜ਼ ਜਿਹੜੇ ਨੇ ਵੀ ਕੱਢ ਕੇ ਬਾਹਰ ਰੱਖਣਾ
चलो जी ते बाकी पहले वाली सब्जियां सारी जोड़ लिया सी। उतो चाचू रिक्शे वाला और समान लेके आ गया गा, माल्टे लेके आए नेगे, पालक मेथी, हालांकि अब्बू जान ने नहीं लिखाए सी, उन्होंने मंडी वाले ने दिंगी देते देगे, हालांकि माल्टे पहले भी पाए सी पल्ली, वो भी वो साफ करके सामने रखी हैगी, हूँ उत्ते जोड़न लगे आगे, लेकिन पहले ना नाश्ता कर लेना आगे, सुबह नाश्ता भी नहीं किया, साफ करके रखे नेगे। मेरी भी चाह पई हैगी, बिस्कुट लैना ना, बिस्कुट खा लेना। तो हूँ जी फिर नाश्ता ही कर लेना, उस तो बाद फिर बाकी दुकान जी है वो सारी लानी हैगी, हाले तक बहुत ज़्यादा काम करने लग गया। अलहमदुलिल्लाह जी नाश्ता मैं कर लिया, तो उस तो बाद फिर सारा जी दुकान है कि जोड़न लग गया, जो जो समान आया सी तो तुम दसिया नहीं है, अब पालक आई सी, मेथी तो टिंडिया वगैरह आई सी, तो माल्टे आ जाएंगे, सेब जड़े ने आज बस रह गए ने, जो शैल आया सी कल उन्दे चो आया भी वेक जाने ने गए, 300 रुपये किलो ने गए, महंगे बहुत ज़्यादा पैन, तकरीबन एक रेट सीगा 2600 रुपये का, उनके में 10 किलो सेब होंगे ने, उधर आलू वगैरह जड़े ने ये भी जोड़ लैन के, बार बार गिर जाते जी, फिर मामू जान ने ठीक तरह करके ने जोड़े ने गए, तो उधरों अगे मैं आ सारे जड़े ने पटाई जिम्मे हो जड़ा जी नज़र आदि सी, तो पता चलता है कि नवे आलू ने गए भी ताज़ी पटाई वाले ने, वो सारी मैं बाहर कट के लाई सी, मामू जान ने बैक साइड से करते कोई तो, लेकिन यह भी हूँ काबू पैने, पहले गिर जाते हूँ काबू हो गए ने, बाकी इधर बाहर ही समान लाया, माल्टे वगैरह भी एक पल्ली जैसे बाहर लाई है जी, विके खोते ने थोड़े रह गए, मटर वगैरह ही फ्रैश इतने पलटे ने गए, मूलियाँ वगैरह जोड़िया, सारा समझ लो काम बड़ा टाइम लग गया मैं करद्या, सालन जी गवाड़ियाँ ने लिया के देते है, तो हूँ फिर रोटी खावन लग गया, मामू जान जाकर रोटियाँ लाया ने गए, तो मैं सोच रहा मामू जान पहले तुम खा लो, उस बाद मैं खा लूँ, मैं 2 मिनट खलो जाना बाहर दुकान पर, मैं चलो खोता रहना है कोई नहीं मसला, बाद मैं रोटी खा लूँ। मामू जान ने खाना खा लिया है, तो हूँ फिर मैं भी खाना खा लेना है, तो उधर चाचू जी वेद भी आए बैठे ने गे, जो सा मिट्टी अगे सिटते रहे ने गे, तो हूँ तुम सू कदों मिट्टी सिट देनी, हाले तक मिट्टी सटवानी है कि फिर से सीट दे आज, क्योंकि ना आहिस्ता आहिस्ता एक एक दो दो ट्राली त्रै ट्राली जमा हो गई, इन्होंने 2 दिन लाने ने तो सीट देवे, तो नाल मैं बारों गाजरां भी चक लिया आ गया, पलटियां सीगियां, तो मैं चलो ना सलाद की जगह नाल ही खावगा, खाना खावन तो बाद खा लवागा, हूँ फिर पता नहीं सालन अज की चीज़ हैगा, अच्छा दाल हैगी बड़ी मज़ेदार पक्की होनी हैगी, तरी वाली हैगी बड़ी जबरदस्त, अलहमदुलिल्लाह जी खाना मैं खा लिया सीगा, खाना खावन तो बाद फिर मामू जान की एक वीडियो प्राइवेट पई हैगी, उन्होंने पब्लिक करना है, नाल मेरा भी एक विलाग पिया सीगा, उन्होंने भी पब्लिक करना सीगा, तकरीबन मैंने एक काम करदे करदे 2 घंटे हो गए नहीं गए, 12 बजे तकरीबन मैं खाना खावन बैठा आ गया, तो फिर इतने फट्टे ते बैठा रहा, 2 बज के 48 मिनट हो गए नहीं गए, तकरीबन 3 घंटे होने नहीं गए इतने मैंने बैठे बैठे मामू जान बहर कल फसे रहे नहीं गए, तो उधरों अज मैं घर नावन ही जाना सीगा, क्योंकि ना खारिश जी हो रही हैगी, वाला पूरे जिसम से खारिश जी हो रही, तकरीबन 2 दिन हो गए नाते, तो मामू जान को पूछना आना कि जावन देंगे कि नहीं, मामू जान नावन जान लगा सी, मैं नावन जाऊगा सो चला जाओ, बाकी दुकान संभाल लिया जी मैं उन्हें आ जावगा, अज माशाला समझ लो कि सेल भी काफ़ी अच्छी हो रही हैगी, क्योंकि ना समान जोड़ा है अच्छा अच्छा पिया है सारा ही, फुल वगैरह भी अज आए नहीं गए, तो वह भी मामू जान ने बहर लाए ने, मैं चलना है हम सामने मोटरसाइकिल खोता हूँ जाना, जिमें कि तुम पहले ही पता गया सामने कच्चे रस्ते में जाना है, क्योंकि हरियाली बहुत ज्यादा होती है, उधरों सोच रहे हो कि असन उसे शहर अच्छी नाल ना माँ वगैरह, एक तो माँ में खर्चा होना सीगा, दूसरी गल कि मेरे को कपड़े कोई नहीं आने गए, और अगर मैं कपड़े चकन घर आता तो घरों चक के फिर जाके माँ में आता, तो फिर समझ लो आना तो घर सीगा ही, मैं क्या चलो हूँ घर ही ना लेना है जाके जल्दी जल्दी, बाकी देखो दिन ब दिन किमें गंदम वाद रही है, सॉरी अगली जारी हैगी है इस समय ज़्यादा वड्डी वड्डी है, तो पानी वगैरह भी लगने नहीं गए, मैं लगता है आखिरी पानी होता है, उस तो बाद पानी वगैरह नहीं लगता, देखो बगले किमें मस्तियाँ कर रहे, कीड़े चौके भी चौक खाते नहीं, मैं जी
ਉੱਤੇ ਵੇਖਣਾ ਗੰਦਾ ਮੈਨੂੰ ਪਾਣੀ ਲੱਗਾ ਹੁੰਦਾ ਇਹ ਲਾਸਟ ਪਾਣੀ ਹੁੰਦਾ ਉਸ ਤੋਂ ਬਾਅਦ ਫਿਰ ਖੁਦ ਬ ਖੁਦ ਵੱਧਦੀ ਕਰਦਾ ਹਾਲਾਂਕਿ ਗਰਮੀ ਵੀ ਆ ਜਾਂਦੀ ਫਿਰ ਵੀ ਵੱਧਦੀ ਰਹਿੰਦੀ ਹੈਗੀ ਇਹਨੂੰ ਪਾਣੀ ਵਗੈਰਾ ਜ਼ਰੂਰਤ ਹੁੰਦੀ ਹਾਲਾਂਕਿ ਸਰਦੀਆਂ 'ਚ ਪਾਣੀ ਨਹੀਂ ਲਾਉਣਾ ਚਾਹੀਦਾ ਲੇਕਿਨ ਸਰਦੀਆਂ 'ਚ ਪਾਣੀ ਲਾਉਂਦੇ ਨੇ ਗਰਮੀਆਂ 'ਚ ਨਹੀਂ ਲਾਉਂਦੇ ਗਰਮੀਆਂ ਫਿਰ ਖੁਦ ਬ ਖੁਦ ਵੱਧਦੀ ਰਹਿੰਦੀ ਪਤਾ ਨਹੀਂ ਕੁਦਰਤੀ ਨਿਜ਼ਾਮ ਹੈਗਾ ਕੋਈ ਇਹਦਾ ਗੰਦਾ ਹੁੰਦਾ ਕਿ ਖੁਦ ਬ ਖੁਦ ਵੱਧਦੀ ਰਹੇਗੀ ਬਾਕੀ ਚੱਲਣਾ ਆ ਗਿਆ ਪਿੰਡ ਪਹੁੰਚਿਆ ਖੋਤਾ ਆ ਗਿਆ ਇੱਥੇ ਘਰ ਜੀ ਆਇਆ ਆ ਗਿਆ ਅਤੇ ਚਾਚੂ ਯਾਦ ਹੋਰ ਵੀ ਆਏ ਖੋਤੇ ਸੀਗੇ ਅੱਬੂ ਜਾਨ ਕੋ ਮਸ਼ਵਰਾ ਦੇ ਰਹੇ ਸੀਗੇ ਕਿ ਉਸ ਡਾਕਟਰ ਕੋਲ ਜਾਓ ਉੱਥੋਂ ਤੁਸੀਂ ਠੀਕ ਹੋ ਜਾਓਗੇ ਹਾਂ ਅੱਲਾ ਪਾਕ ਕਰਮ ਕਰੇਗਾ ਯਾਰ ਪਰੇਸ਼ਾਨੀ ਜਿਹੜੀ ਨਾ ਬੜੀ ਬੜੀ ਖੋਤੀ ਹੈ ਹਾਂ ਕਿਉਂਕਿ ਚੱਲਿਆ ਫਿਰਿਆ ਤੁਹਾਨੂੰ ਕੋਈ ਜਾਂਦਾ ਹੁਣ ਉਹਦੀ ਪੱਟੀ ਖੋਲੀ ਤੂੰ ਇੱਕ ਚੱਕ ਕੇ ਜਿਹੜਾ ਨਾ ਬਿਠਾਇਆ ਹਾਂ ਤੁਰਨ ਫਿਰਨ ਲੱਗੇ ਜਿਹੜੀ ਨਾ ਤਕਲੀਫ ਬੜੀ ਹੁੰਦੀ ਸੀ धुप की वजह तो ओद दुकान धुप तुम पता बड़ी कड़कदार लगती है इस वजह तो एलर्जी जी सारे जी समय चोई खोती है मैं जल्दी जल्दी नाल ना आ गया ते अबू जान जेड़े ने तो मैं कह कह के थक गया है बस रेस्ट ही करो ऐसे वजह तो मैं यकीन कर जो पढ़ाई छाड़ के दुकान ते हाँ ते फिर भी नहीं रेस्ट कर दे नहीं दवाई लवन जाना है मैनू फोन कर दो मामू होगा दुकान ते मैं नाल चला के करांगा पता ही नहीं लगता अज मैं फोन किया साहिवाल ने जी दवाई लै रहे हैं मैं वो पूछना सी अबू जान है दूसरा वो पता नहीं आलू लेने सीगे सच्ची वो चाचू ने हूँ जाना मैं चला जावांगा नाल चलो ठीक है जो कल जाओ फिर मैं फोन कर दे जे नाल रल के चला जावांगा ते मैं हूँ जल्दी जल्दी नाल ना गया कपड़े वगैरह कढ़ना आ गया क्योंकि एलर्जी जी वधदी जा रही है किसी हद दाने वगैरह ने बन जा ते मैं जी ना आके आ गया आ गया ते उधर अबू जान जेड़े नेगे आज बड़े खुश नेगे क्योंकि पहले भाई नाल भी मिले ने अपने नाल ते उत्तों उन फुफो जान आई बैठिया नेगियां इन्हां ने मिल रहा है हुण अपने भैणां भाईआं नाल मिलन तो बाद समझ लो अबू जान ने अद्धा ठीक हो जाना है पहले सारे नाराज सीगे हुण सारे नाल रसाई हो गई समझ लो ते मैं हुण जल्दी जल्दी हाँ मैं भी चाचू जान का शुक्रिया अदा करना फुफो जान का भी के आए ने गे अबू जान इन्हों के आवन बहुत ज्यादा खुश होए ने गे समझ लो कुछ तो ना टेंशन ही अपने भैन भाइयों के पिछे के अबू जान ने सारे पाल के यकीन कर छोटे छोटे सीगे तो व्डा किया है तो जिमें असी आ गए इस तरह अपनी औलाद वाकू रखे है ਤੇ ਫਿਰ ਔਲਾਦ ਹੀ ਨਾਰਾਜ਼ ਹੋ ਜਾਵੇ ਤਾਂ ਮਾਂ ਬਾਪ ਨੇ ਤਾਂ ਸਮਝ ਲਓ ਕਿ ਪਰੇਸ਼ਾਨ ਹੋਣਾ ਹੀ ਹੁੰਦਾ ਹੈ ਨਾ ਅਤੇ ਮੈਂ ਜਲਦੀ ਜਲਦੀ ਚੱਲਣਾ ਜੈਕਟ ਜਿਹੜੀ ਹੈਗੀ ਵੈਸੇ ਲੈ ਜਾਣਾ ਨਹੀਂ ਤਾਂ ਫਿਰ ਨਾ ਅਲਰਜੀ ਵੀ ਹੋਣ ਲੱਗ ਜਾਵੇ ਉਹ ਛਾਪਰੇ ਪਾ ਲਾਂ ਰਾਤ ਨੂੰ ਪਾ ਕੇ ਆਵਾਂਗਾ ਮੈਂ ਜੀ ਜਲਦੀ ਜਲਦੀ ਆ ਗਿਆ ਹੈਗਾ ਸ਼ਾਇਦ ਮੈਂ ਕਿਹਾ ਨਾ ਕੁਛ ਮਾਮੂ ਜਾਨ ਨਾਲ ਪਰੇਸ਼ਾਨ ਹੋ ਰਹੇ ਹੋਣਗੇ ਤਕਰੀਬਨ ਮੈਨੂੰ ਡੇਢ ਘੰਟਾ ਹੋ ਗਿਆ ਹੈਗਾ ਘਰ ਆਏ ਨੂੰ मैं यकीन कर जदों बहर आना है जितनी मैं जल्दी कर लो मैं तकरीबन घंटा डेढ़ घंटा लाजमी ही लगना होता है बाकी चलना शहर भी आ गया इतने दुकान से जी मैं आ गया आ गया आदि लो इत अबू जान ने अपना तेल लैके रखे स्पैशल जहा यह लाया है वालों से तो उस तो बाद फिर सिमन सुमन वाही हैगी तो हूँ फिर बहर दुकान से चलना आ गया ते हूँ फिर वह गाजर जोड़ा है दूसरा छाबा जहा खाली हो भी जोड़ना काम बहुत ज्यादा मेरा करा नाल पे एवं ना मामू जहाँ साफ सफाई गज अगे जड़िया मूलियाँ वगैरह ने सारी चलनिया छंडना आ गया इन्होंने तो साफ सूफ करना अज दुकानदारी करद करद शाम हो गई तो उधरों अज अल्लाह पाक का शुक्र हैगा कि पहले नो काफ़ी सारी बेहतर सेल हुई है तो जिमें मंडी वाले आए ना असं उन्होंने पैसे दिते ने वो भी खुश होकर चले गए नहीं है वैसे तो कल असं वादा किया कि अज उन्होंने 10,000 रुपये देवे तो अज ही उन्होंने परची सी 2300 की पिछली परची 19,000 की सी जिंद 9,000 कल दिता से 9,000 अज दिता है तकरीबन 18,000 रुपया हो गया तो 1,000 रुपये उधरों समझ लो शार्ट है 2300 है 3300 रुपया अबू जान सुबह मंडी लै जावे तो फिर समान लैके आवे अबू जान ने कहा है कि मैं पहुँच जावगा नाल मैं मिल के चला जावगा या मामू जान जे अंदर बैठे ने तो आज समान भी काफ़ी सारा फेंक गया है वेखो हाँ जी
ਤੇ ਉਧਰੋਂ ਗੋਭੀ ਵਗੈਰਾ ਜਿਹੜੀ ਹੈ ਪਈ ਹੈਗੀ ਸੁਬਹ ਲਵਣ ਜ਼ਰੂਰਤ ਨਹੀਂ ਹੈਗੀ ਪਾਲਕਾਂ ਵਗੈਰਾ ਜਿਹੜੀਆਂ ਨੇ ਇਹ ਵੀ ਕੁਛ ਨਵੀਆਂ ਤਾਜ਼ੀਆਂ ਲੈ ਆਵਾਂਗੇ ਧਨੀਆ ਵਗੈਰਾ ਦੀ ਮੈਨੂੰ ਜ਼ਰੂਰਤ ਹੈਗੀ ਧਨੀਆ ਡਿੱਗ ਲੱਗਾ ਪਿਆਗਾ ਉੱਥੇ ਅਤੇ ਬਾਕੀ ਹੁਣ ਫਿਰ ਦੁਕਾਨ ਜਿਹੜੀ ਹੈਗੀ ਤਕਰੀਬਨ ਅੱਧੇ ਘੰਟੇ ਬਾਅਦ ਕਲੋਜ਼ ਕਰਨ ਲੱਗਿਆ ਕਿਉਂਕਿ ਟਾਈਮ ਨੂੰ ਦੁਕਾਨ ਬੰਦ ਕਰਕੇ ਚਲੇ ਕਰੀਏ ਉਸ ਤੋਂ ਬਾਅਦ ਬਿਜਲੀ ਵੀ ਚਲੀ ਜਾਂਦੀ ਹੈਗੀ ਤੰਗੀ ਬਣਦੀ ਹਾਂਜੀ ਬਾਈ ਅਤੇ ਉਹ ਬਾਈ ਨੇ ਸਬਜ਼ੀ ਲੈਣੀ ਸੀ ਵੀ ਸਬਜ਼ੀ ਲੈ ਕੇ ਚਲੇ ਗਏ ਨਹੀਂ ਗਏ ਤਾਂ ਉਦੋਂ ਮੈਂ ਕਹਿ ਰਿਹਾ ਸੀਗਾ ਕਿ ਕੁਛ ਸਬਜ਼ੀਆਂ ਪਈਆਂ ਨਹੀਂ ਗਈਆਂ ਕੁਛ ਲਵਣ ਵਾਲੀਆਂ ਨੇ ਸੁਬਹਾ 5,000 ਰੁਪਏ ਦਾ ਸਮਾਨ ਲੈ ਲਵਾਂਗੇ ਜੇ ਸੁਬਹਾ ਹੀ 8,000 ਰੁਪਏ ਨਾ ਸੇਲ ਹੋ ਜਾਵੇ ਨਾ ਅਤੇ ਸਾਰੇ ਸਮਾਨ ਲੋਕ ਕਰੀਏ ਜਿਹੜਾ ਨਵੀਂ ਪਰਚੀ ਹੈਗੀ ਫਰੈਸ਼ ਹੋ ਜਾਵੇ ਪਿਛਲੇ ਤਾਂ ਲਾਣੇ ਜਿਹੜੇ ਨਹੀਂ ਗਏ ਉਹ ਲੈਣੇ ਨਹੀਂ ਨੇਗੇ ਸਾਨੂੰ ਉਹ ਡਰ ਰਹਿੰਦਾ ਹੈਗਾ ਕਿ ਹੋਰ ਜ਼ਿਆਦਾ ਨਾ ਪਰਚੀ ਚੜ੍ਹਦੀ ਆ ਪਹਿਲੇ ਵਾਲੀ ਨੂੰ ਰੋਕ ਕੇ ਰੱਖੀਏ ਬਸ ਇੱਥੇ ਹੀ ਹੈਗਾ ਅਤੇ ਕੁਛ ਮੇਰੇ ਭੈਣ ਭਾਈ ਕਹਿ ਰਹੇ ਸੀਗੇ ਤੁਸੀਂ ਟਾਈਮ ਕਿਉਂ ਇਹਦੇ ਜ਼ਾਇਆ ਕਰ ਰਹੇ ਤੁਹਾਨੂੰ ਦੱਸਿਆ ਹੈਗਾ ਮਜਬੂਰੀ ਹੈਗੀ ਅਗਰ ਅਸੀਂ ਸਮਾਨ ਨਾ ਲਈਏ ਤਾਂ ਕਹਿੰਦੇ ਨੇ ਪੈਸੇ ਸਾਡੇ ਦਿਓ ਜੇ ਅਗਰ ਅਸੀਂ ਸਮਾਨ ਲਵੀਏ ਤਾਂ ਫਿਰ ਵੀ ਅਸੀਂ ਫਸਨੇ ਹਾਂ ਕਿਉਂਕਿ ਕਰਦੇ ਚੜ੍ਹਦੇ ਹੀ ਜਾਣੇ ਨੇਗੇ ਕਿਉਂਕਿ ਅੱਛੀ ਖਾਸੀ ਸੇਲ ਨਹੀਂ ਇਹਦੇ 'ਚ ਆਉਂਦੀ ਹੁਣ ਟਮਾਟਰ ਵਗੈਰਾ ਤਾਂ ਕਾਫੀ ਸਾਰੇ ਪਏ ਨੇਗੇ ਤੁਸੀਂ ਆਹ ਵੀ ਵੇਖ ਸਕਦੇ ਹੋ ਆਹ ਵੀ ਕਾਫੀ ਪਏ ਨੇਗੇ ਮਿਰਚਾਂ ਵਗੈਰਾ ਜਿਹੜੀਆਂ ਨੇਗੀਆਂ ਸੁਬਹਾ 1-2 ਛਾਪਰ ਹੋਣਗੇ ਜਾਂ ਦੂਸਰੀ ਤੁਹਾਨੂੰ ਅੱਗੇ ਸਬਜ਼ੀਆਂ ਪਾਲਕਾਂ ਵਗੈਰਾ ਹੋ ਗਈਆਂ ਆਲੂ ਜਿਹੜੇ ਨੇ ਆਲੂਆਂ ਦਾ ਤਾਂ ਢੇਰ ਲੱਗਾ ਪਿਆ ਨਾ ਆਲੂਆਂ ਦੀ ਜ਼ਰੂਰਤ ਹੀ ਨਹੀਂ ਪੈਣੀ ਹੈਗੀ ਬਾਕੀ ਕੋਈ ਸਬਜ਼ੀਆਂ ਨੇਗੀਆਂ ਸੁਬਹਾ ਜਦੋਂ ਆਈਆਂ ਫਿਰ ਤੁਹਾਨੂੰ ਖਾਵਾਂਗਾ ਅਤੇ ਉੱਧਰੋਂ ਹੁਣ ਸਿਰਫ ਕੋਈ 20 ਮਿੰਟ ਅਸੀਂ ਬੈਠਣ ਲੱਗੇ ਹਾਂ ਦੁਕਾਨ 'ਤੇ ਕੁਛ ਸੇਲ ਜਿਤਨੀ ਹੋ ਜਾਂਦੀ ਫਿਰ ਚੱਲਾਂਗੇ ਘਰ ਦੁਕਾਨ ਬੰਦ ਕਰਕੇ ਕਿਉਂਕਿ ਬਿਜਲੀ ਜਿਹੜੀ ਹੈਗੀ ਇਹ ਵੀ ਜਾਵਾਂ ਨਾਲ ਹੀ ਹੈਗੀ ਤਕਰੀਬਨ 1.5 ਘੰਟੇ ਬਾਅਦ ਚੱਲੀ ਜਾਣੀ ਹੈ ਅਤੇ ਸਾਡਾ ਦਿਲ ਹੈਗਾ ਕਿ 20-1 ਮਿੰਟਾਂ ਬਾਅਦ ਅਸੀਂ ਦੁਕਾਨ ਕੁਝ ਨਹੀਂ ਸ਼ੁਰੂ ਕਰਦੇ ਬਿਜਲੀ ਜਾਵਣ ਤੱਕ ਅਸੀਂ ਦੁਕਾਨ ਕੁਝ ਲੈਣੀ ਬਸ ਜਿਹੜੀਆਂ ਉੱਤੇ ਚੀਜ਼ਾਂ ਟਾਈਆਂ ਨੇ ਜਲਦੀ ਜਲਦੀ ਲਾਵਾਂਗੇ ਕੱਪੜਾ ਪਾ ਦੇਣਾ ਬਸ ਉਹ ਕੰਡਾ ਵੱਟਾ ਅੰਦਰ ਰੱਖ ਦੇਣਾ ਇਤਨਾ ਸਮਾਨ ਅਸੀਂ ਰੱਖਣਾ ਹੁੰਦਾ ਪਿਆਜ਼ ਵਗੈਰਾ ਤਾਂ ਪਏ ਨਹੀਂ ਨੇਗੇ ਜਿਹੜੇ ਅਸੀਂ ਅੱਗੇ ਅੰਦਰ ਕੁੰਝ ਕੇ ਰੱਖ ਜਾਂਦੇ ਸੀਗੇ ਤਾਂ ਪਿਆਜ਼ ਮਹਿੰਗੀ ਚੀਜ਼ ਸੀ ਸਭ ਤੋਂ ਅਤੇ ਪਿਆਜ਼ ਅਸੀਂ ਕੁੰਝ ਕੇ ਅੰਦਰ ਰੱਖ ਜਾਂਦੇ ਸੀ ਹੁਣ ਪਏ ਹੀ ਨਹੀਂ ਨੇ ਵੇਖੋ ਆਹ ਡੱਬਾ ਹੀ ਖਾਲੀ ਹੋਇਆ ਪਿਆ ਇਹਦੇ 'ਚ ਆਹ ਪਿਆਜ਼ ਪਿਆ ਇਹ ਵੀ ਅਗਰ ਅਸੀਂ ਵੇਚੀ 10 ਰੁਪਏ ਦਾ ਵੇਖ ਜਾਣਾ ਲੇਖਣ ਨਹੀਂ ਰਾਹ ਕਰ ਰਿਹਾ ਇਹਦੀ ਜਿਹੜੀ ਹਾਲਤ ਹੈ ਕਹਿੰਦੇ 10 ਰੁਪਈਆਂ ਦਾ ਲੈਣਾ ਹੈਗਾ ਅਤੇ ਹੁਣ ਫਿਰ ਬੈਠੇ ਹਾਂਗੇ ਤਕਰੀਬਨ 20-1 ਮਿੰਟਾਂ ਬਾਅਦ ਫਿਰ ਦੁਕਾਨ ਕੁੰਝ ਨੇ ਬਿਜਲੀ ਜਾਵਣ ਦਾ ਟਾਈਮ ਹੋਇਆ ਖੁੱਤ ਹੈਗਾ ਮਾਮੂ ਜਾਨ ਜਿਹੜੇ ਨੇਗੇ ਬਹਿ ਕੇ ਮੈਚ ਵਗੈਰਾ ਵੇਖ ਰਹੇ ਨੇਗੇ ਅਤੇ ਮੈਂ ਜਲਦੀ ਜਲਦੀ ਨਾਲ ਦੁਕਾਨ ਕੁੰਝ ਲੈਣਾ ਆ ਗਿਆ ਬਸ ਛਾਪਰ ਵਗੈਰਾ ਹੀ ਲਾਉਣੇ ਨੇਗੇ ਜਾਂ ਕੰਡਾ ਵਗੈਰਾ ਅੰਦਰ ਰੱਖਣਾ ਹੈਗਾ ਖੋਲ੍ਹਣਾ ਆ ਗਿਆ ਅਤੇ ਅੰਦਰ ਰੱਖਣਾ ਗੱਡਾ ਹੀ ਸੁਬਹਾ ਮੈਂ ਹੀ ਪਾਣੀ ਆਉਂਦੀਆਂ ਅਤੇ ਸ਼ਾਮ ਟਾਈਮ ਮੈਂ ਹੀ ਖੋਲ੍ਹਣੀਆਂ ਆਉਂਦੀਆਂ ਨੇ ਆਏ ਆ ਜਾ ਸੁਬਹਾ ਟਮਾਟਰ ਵੀ ਵੇਚਣੇ ਨੇਗੇ ਬਹੁਤ ਪਿਆਰੇ ਟਮਾਟਰ ਪਏ ਨੇਗੇ ਵੇਖੋ ਨਾ ਸੁਬਹਾ ਇਨਸ਼ਾਅੱਲਾ ਤਾਲਾ ਇਹ ਵੀ ਵੇਚਾਂਗੇ ਲਾਜ਼ਮੀ ਬੜੇ ਸ਼ੌਕ ਨਾਲ ਲੈ ਜਾਵਣਗੇ ਅਤੇ ਫੱਟਾ ਜਿਹਾ ਖਾਲੀ ਖਾਲੀ ਹੋ ਗਿਆ ਕਿ ਨਹੀਂ ਆ ਜੀ ਗਾਜਰਾਂ ਬਹੁਤ ਜ਼ਿਆਦਾ ਵਿਕੀਆਂ ਸਿਰਫ ਆਹ ਹੀ ਬਚੀਆਂ ਪਈਆਂ ਪੂਰੀ ਦੁਕਾਨ 'ਤੇ ਜਾਂ ਉਹ ਸਾਹਮਣੇ ਥੋੜ੍ਹੀ ਸਾਰੀ ਪਈਆਂ ਬਸ ਬਾਕੀ ਵੇਖ ਗਈਆਂ ਅਤੇ ਦੁਕਾਨ ਜੀ ਬੰਦ ਕਰਤੀ ਹੈ ਗਵਾਂਢੀ ਤਾਲੀ ਤੱਕ ਸਾਡੇ ਬੈਠੇ ਨੇ ਇਧਲੇ ਵੀ ਅਤੇ ਇਧਲੇ ਵੀ ਲੇਕਿਨ ਅਸੀਂ ਇਹ ਬੰਦ ਕਰਨ ਲੱਗੇ ਹਾਂ ਕਰ ਲੈਂਦੇ ਹਾਂ ਚਲੋ ਮਾਮੂ ਜਾਨ ਜਿਹੜੇ ਨੇ ਸਰਦੀ ਦਾ ਫੁੱਲ ਇੰਤਜ਼ਾਮ ਕਰਕੇ ਰੱਖਦੇ ਨੇ ਮੇਰੇ ਵਰਗੇ ਨਹੀਂ ਨੇ ਬੇਫਿਕਰ ਜਿਵੇਂ ਮੈਂ ਬਣਾ ਗਿਆ ਕੋਈ ਟੋਪੀ ਵਗੈਰਾ ਬੈਕ ਸਾਈਡ ਉੱਤੇ ਕਦੀ ਕਦੀ ਵਿਖਾ ਉਹਨਾਂ ਅਤੇ ਇੱਥੇ ਚਾਰਜਰ ਵਗੈਰਾ ਫੜੇ ਹੋਏ ਨੇ ਜੀ ਸਾਡੇ ਚਾਰਜਰ ਹੀ ਬੜੇ ਮਹਿੰਗੇ ਨੇਗੇ ਡਰ ਡਰ ਕੇ ਰਹਿੰਦੇ ਹਾਂਗੇ ਕਦੀ ਖਰਾਬ ਹੀ ਨਾ ਹੋ ਜਾਵੇ ਚਲੋ ਮਾਮੂ ਜਾਨ ਚਾਬੀ ਕੌਣ ਲਾਏ ਚਾਬੀ ਹੈਗੀ ਸਹੀ ਕੋਲ ਲਓ ਨਹੀਂ ਚੱਲੀ ਸਟਾਰਟ ਕਰੋ ਸਿੱਧਾ ਸਟਾਰਟ ਕੀਤਾ ਚੱਲ ਜਾ ਅਤੇ ਇੱਧਰ ਜੀ ਮਹਿਫਲ ਲੱਗੀ ਜਾਂਦੀ ਹਰ ਰਾਤ ਅੰਕਲ ਸਾਰੇ ਇਕੱਠੇ ਹੋ ਕੇ ਬਹਿੰਦੇ ਨੇ ਅਤੇ ਲਾਈਟ ਨਹੀਂ ਚੱਲ ਚੱਲ ਜਾਵੇ ਜੀ ਜ਼ਿਆਦਾ ਰੇਸ ਤਾਂ ਦੇਣੀ ਨਾ ਉਦੋਂ ਚੱਲ ਪਿੰਡ ਜੀ ਆ ਗਿਆ ਹਾਂਗੇ ਅੱਲਾ ਦਾ ਸ਼ੁਕਰ ਹੈਗਾ ਕਿ ਇੱਥੇ ਬਿਜਲੀ ਅੱਗੇ ਜਦੋਂ ਅਸੀਂ ਆਉਂਦੇ ਸੀ ਉਦੋਂ ਬਿਜਲੀ ਕੋਈ ਨਹੀਂ ਆਉਂਦੀ ਜਾਵਣ ਵਾਲੀ ਹੈਗੀ ਵੈਸੇ ਬਿਜਲੀ ਹੈ ਨਾ ਮਾਮੂ ਜਾਂ ਮੈਂ ਮੋਬਾਈਲ ਫੋਨ ਜਿਹੜਾ ਇਹ ਵੀ ਚਾਰਜਿੰਗ 'ਤੇ ਲਾਉਣਾ ਹੈਗਾ ਚਾਰਜ ਕਰ ਲੈਣਾ ਚਲੋ ਜੀ ਅਤੇ ਘਰ ਜੀ ਅਸੀਂ ਆ ਗਿਆ ਸੀਗੇ ਅਤੇ ਆਉਂਦੇ ਅੱਲਾ ਅੱਬੂ ਜਾਨ ਉੱਥੇ ਗੱਲਾਂ ਗੁੱਲਾਂ 'ਤੇ ਬੈਠ ਗਿਆ ਸੀਗਾ ਅਤੇ ਵਿਲਾਗ ਜਿਹੜਾ ਹੈਗਾ ਉਹ ਖਤਮ ਕਰਨਾ ਮੈਂ ਭੁੱਲ ਗਿਆ ਅੱਲਾ ਜੇ ਸਾਡਾ ਵਿਲਾਗ ਹੁੰਦਾ ਤਾਂ ਖਤਮ ਤੁਹਾਨੂੰ ਅੱਛਾ ਲੱਗਾ ਹੋਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਦੋਸਤਾਂ ਨੂੰ ਸ਼ੇਅਰ ਕਰ ਦਿਓ ਜੀ ਅੱਲਾ ਹਾਫਿਜ਼ ਤੋਂ ਲਾਜ਼ਮੀ ਮੇਰੇ ਅੱਬੂ ਜਾਨ ਵਾਸਤੇ ਦੁਆ ਕਰਿਆ ਜੀ ਕਿ ਜਲਦ ਅਜ ਜਲਦ ਨਾ ਅੱਬੂ ਜਾਨ ਠੀਕ ਹੋ ਜਾਵਣ